ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਤੁਹਾਡੇ ਰੂਬਰੂ ਹੋਏ ਹਾਂ 2014 ਲੋਕ ਸਭਾ ਚੋਣਾਂ ਦੀ ਇੱਕ ਵਿਸ਼ੇਸ਼ ਰਿਪੋਰਟ ਲੈ ਕੇ। ਸੰਗਰੂਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਅਜੀਤ ਦੇ ਪੱਤਰਕਾਰ ਨੇ ਇੱਕ ਖਾਸ ਮੁਲਾਕਾਤ ਕੀਤੀ। ਆਓ ਦੇਖਦੇ ਹਾਂ ਇੱਕ ਨਜ਼ਰ ਆਪਣੇ ਸਿਆਸੀ ਜੀਵਨ ਬਾਰੇ। ਅਜੀਤ ਦੇ ਪਾਠਕਾਂ ਨੂੰ ਜਾਣਕਾਰੀ ਦਿਓ। ਮੇਰਾ ਜਿਵੇਂ ਤੁਸੀਂ ਕਿਹਾ ਫਿਲ ਸਾਹਿਬ, ਬਹੁਤ ਲੰਮਾ ਸਿਆਸੀ ਜੀਵਨ ਹੈ ਇਹ। 1955 ਤੋਂ ਮੇਰਾ ਸ਼ੁਰੂ ਹੋਇਆ ਸਿਆਸੀ ਜੀਵਨ, ਜੇ ਅਸੀਂ ਕਹਿ ਲਈਏ। ਮੈਂ ਕਾਲਜ ਜੁਆਇਨ ਕੀਤਾ ਫਸਟ ਈਅਰ ਵਿੱਚ, ਅਤੇ ਮੈਨੂੰ ਸੈਕਟਰੀ ਚੁਣ ਲਿਆ ਕਾਲਜ ਯੂਨੀਅਨ ਦਾ। ਫਿਰ 59 'ਚ ਮੈਨੂੰ ਪ੍ਰੈਜੀਡੈਂਟ ਚੁਣ ਲਿਆ। ਜਦੋਂ ਮੈਂ BA ਕਰਕੇ ਬਾਹਰ ਘਰ ਆਇਆ ਤਾਂ ਮੈਂ ਪਿੰਡ ਦਾ ਸਰਪੰਚ ਚੁਣਿਆ ਗਿਆ। ਉਸ ਤੋਂ ਬਲੋਕ ਸੰਮਤੀ ਦਾ ਮੈਂਬਰ ਸਭ ਤੋਂ ਵੱਧ ਵੋਟਾਂ ਨਾਲ। ਇਸ ਤੋਂ ਇਲਾਵਾ ਫਿਰ ਮਾਰਕੀਟ ਕਮੇਟੀ, ਉਦੋਂ ਚੋਣਾਂ ਹੁੰਦੀਆਂ ਸੀ, ਮਾਰਕੀਟ ਕਮੇਟੀ ਦਾ ਚੇਅਰਮੈਨ ਬਣਿਆ। ਮਾਰਕੀਟ ਸੰਗਰੂਰ ਦੀ ਮਾਰਕੀਟ ਕਮੇਟੀ, ਮਾਰਕੀਟਿੰਗ ਆਫ ਪ੍ਰੋਸੈਸਿੰਗ ਸੁਸਾਇਟੀ, ਉਹਦਾ ਚੇਅਰਮੈਨ ਬਣਿਆ। ਫਿਰ ਮੈਂ ਸੈਂਟਰਲ ਕੋਆਪਰੇਟ ਬੈਂਕ ਸੰਗਰੂਰ ਦਾ MD ਬਣਿਆ। ਔਰ ਫਿਰ 1972 ਵਿੱਚ ਮੈਂ ਇੰਡੀਪੈਂਡੈਂਟ MLA ਬਣਿਆ। ਔਰ 1972 ਤੋਂ ਜਿੱਤਣ ਤੋਂ ਬਾਅਦ ਕੁਛ ਦੇਰ ਬਾਅਦ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤਾ, ਕਿਉਂਕਿ ਮੈਂ ਲੋਕਾਂ ਨੂੰ ਵਾਅਦਾ ਕੀਤਾ ਸੀ, ਕਿਉਂਕਿ ਉੱਥੋਂ ਅਕਾਲੀ ਕੋਈ ਲੜ ਨਹੀਂ ਸੀ ਰਿਹਾ, ਲਗੜਾ ਸਮਝੌਤਾ ਸੀ ਕਮਿਊਨਿਸਟਾਂ ਨਾਲ। ਇਸ ਕਰਕੇ ਉੱਥੋਂ ਅਕਾਲੀ ਦਲ ਨੇ ਦੇ ਵਰਕਰ ਸੀ ਜਿਹੜੇ, ਉਹਨਾਂ ਨੇ ਮੇਰੀ ਮਦਦ ਕੀਤੀ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਵਾਅਦਾ ਕਰਕੇ ਆਇਆ ਸੀ ਕਿ ਮੈਂ ਅਕਾਲੀ ਦਲ 'ਚ ਹੀ ਰਹਾਂਗਾ। ਅੱਜ ਤੱਕ ਉਸ ਤੋਂ ਬਾਅਦ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਚਲੇ ਆ ਰਿਹਾ। ਫਿਰ ਲਗਾਤਾਰ ਮੈਂ 4 ਦਫ਼ਾ ਅਸੈਂਬਲੀ ਇਲੈਕਸ਼ਨਾਂ ਜਿੱਤਿਆ, ਔਰ ਉੱਥੇ ਇੱਥੇ ਮੰਤਰੀ ਬਣਿਆ ਪੰਜਾਬ ਵਿੱਚ। ਫਿਰ ਬਹੁਤ ਮਾੜੇ ਦਿਨ ਆ ਗਏ, ਕੋਈ ਇਲੈਕਸ਼ਨ ਹੀ ਨਹੀਂ ਹੋਈਆਂ ਮੁੜ ਕੇ ਤਾਂ, ਅਤੇ ਸੰਘਰਸ਼ ਵਿੱਚ ਬਹੁਤ ਲੰਮਾ ਜੀਵਨ ਜੇਲ੍ਹਾਂ ਵਿੱਚ ਗੁਜ਼ਾਰਿਆ। ਔਰ ਇੱਕ ਜਗ੍ਹਾ ਤਾਂ ਐਸਾ ਸੀ ਕਿ ਬਿਲਕੁਲ ਸੋਲੀਟਰੀ ਕਨਫਾਈਨਮੈਂਟ, ਮੈਂ ਜੱਬਲਪੁਰ ਜੇਲ੍ਹ ਵਿੱਚ ਰਿਹਾ। ਅਤੇ ਫਿਰ 1997 ਵਿੱਚ ਮੈਂ ਇਲੈਕਸ਼ਨ ਹਾਰਿਆ ਅਸੈਂਬਲੀ ਦੀ, ਅਤੇ ਮੈਂ ਰਾਜ ਸਭਾ 'ਚ ਚਲੇ ਗਿਆ, ਚੇਅਰਮੈਨ ਵੀ ਰਿਹਾ ਬਿਜਲੀ ਬੋਰਡ ਦਾ। ਰਾਜ ਸਭਾ 'ਚ ਗਿਆ ਅਤੇ ਫਿਰ ਮੈਨੂੰ 2000 ਵਿੱਚ ਮੰਤਰੀ ਬਣਾਇਆ ਗਿਆ। ਫਿਰ ਮੈਂ ਉਸ ਤੋਂ ਬਾਅਦ ਲੋਕ ਸਭਾ ਦੀ ਇਲੈਕਸ਼ਨ ਲੜਿਆ, ਉਹ ਜਿੱਤਿਆ। ਅਤੇ ਫਿਰ ਦੁਬਾਰਾ ਜਦੋਂ ਇਲੈਕਸ਼ਨ ਆਈਆਂ ਉਹਦੇ 'ਚ ਮੈਂ ਹਾਰ ਗਿਆ। ਫਿਰ ਮੈਨੂੰ ਰਾਜ ਸਭਾ 'ਚ ਹੁਣ ਭੇਜਿਆ ਹੋਇਆ, ਔਰ ਰਾਜ ਸਭਾ ਦਾ ਮੈਂ ਹੁਣ ਮੈਂਬਰ ਹਾਂ। ਹੁਣ ਫਿਰ ਪਾਰਟੀ ਨੇ ਹੁਕਮ ਕੀਤਾ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਦੁਬਾਰਾ ਲੋਕ ਸਭਾ ਦੀ ਚੋਣ ਲੜਾਂ, ਇਸ ਕਰਕੇ ਮੈਂ ਹੁਣ ਫਿਰ ਦੁਬਾਰਾ ਸ਼ੁਰੂ ਕੀਤੇ। ਤੁਹਾਡੇ ਲੋਕ ਸਭਾ ਹਲਕੇ ਦੀਆਂ ਕੀ ਸਮੱਸਿਆਵਾਂ ਤੁਸੀਂ ਮਹਿਸੂਸ ਕਰਦੇ ਹੋ ਅਤੇ ਉਹਨਾਂ ਨੂੰ ਹੱਲ ਕਰਨ ਦੀ ਕੀ ਯੋਜਨਾ ਤੁਸੀਂ ਲਿਖੀ? ਦੇਖੋ, ਸਮੱਸਿਆਵਾਂ ਤਾਂ ਕੁਛ ਐਸੀਆਂ ਕਿ ਸਟੇਟ ਵਾਲੇ ਨਾਲ ਸੰਬੰਧਿਤ ਨੇ ਜਿਹੜੀਆਂ, ਉਹ ਤਾਂ ਕਾਫੀ ਹੱਦ ਤੱਕ ਪੂਰੀਆਂ ਵੀ ਹੋਈਆਂ, ਕੁਛ ਰਹਿੰਦੀਆਂ, ਸੜਕਾਂ ਬਣ ਜਾਣਗੀਆਂ। ਲੇਕਿਨ ਕਿਉਂਕਿ ਇਹ ਇਲੈਕਸ਼ਨ ਪਾਰਲੀਮੈਂਟ ਦੀ ਹੈ, ਇਹਦੀਆਂ ਸਮੱਸਿਆਵਾਂ ਕਈ ਨੇ, ਇੱਕ ਸਮੱਸਿਆਵਾਂ ਤਾਂ ਕੁਛ ਸਮੁੱਚੇ ਪੰਜਾਬ ਦੀਆਂ ਕਹਿ ਲਓ, ਪੰਜਾਬ ਨਾਲ ਜਿੰਨੇ ਅਨਿਆ ਹੋਏ ਨੇ, ਚਾਹੇ ਫਾਈਨੈਂਸ਼ੀਅਲ ਦੇਖ ਲਓ, ਪੋਲੀਟੀਕਲ ਦੇਖ ਲਓ, ਸਮਾਜਿਕ ਦੇਖ ਲਓ, ਉਹ ਹੈ ਜਿਵੇਂ ਸਾਡੇ ਅਜੇ ਤੱਕ ਨਾ ਚੰਡੀਗੜ੍ਹ ਨਾ ਪੰਜਾਬੀ ਇਲਾਕੇ ਬੋਲਦੇ। ਦੂਸਰਾ ਇਹ ਹੈ ਕਿ ਸਾਡੇ 1984 ਦੇ ਜੋ ਕਤਲੇਆਮ ਹੋਇਆ, ਨਾ ਉਹਨਾਂ ਨੂੰ ਹੁਣ ਤੱਕ ਇਨਸਾਫ ਮਿਲਿਆ, ਉਹ ਮੁੱਦੇ ਨੇ। ਅਤੇ ਦੂਸਰਾ ਇਹ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਪਾਰਟੀ ਦਾ ਹੈ ਕਿ ਫੈਡਰਲ ਸਿਸਟਮ, ਰੀਅਲ ਫੈਡਰਲ ਸਿਸਟਮ ਹੋਣਾ ਚਾਹੀਦਾ, ਜਿਹਦੇ 'ਚ ਸੂਬਿਆਂ ਨੂੰ ਅਧਿਕਾਰ ਮਿਲਣ। ਉਹ ਫੈਡਰਲ ਸਿਸਟਮ ਅੱਜ ਸਾਡੇ ਦੇਸ਼ ਵਿੱਚ ਨਹੀਂ ਹੈ, ਹੌਲੀ ਹੌਲੀ ਬਜਾਏ ਇਸ ਦੇ ਕਿ
ਸੂਬਿਆਂ ਨੂੰ ਅਧਿਕਾਰ ਦਿੱਤੇ ਜਾਂਦੇ, ਹੌਲੀ ਹੌਲੀ ਸਾਰੇ ਸੂਬਿਆਂ ਦੇ ਅਧਿਕਾਰ ਖੋਏ ਜਾ ਰਹੇ ਨੇ। ਔਰ ਅਸੀਂ ਚਾਹੁੰਦੇ ਹਾਂ ਕਿ ਅਮੈਰੀਕਾ ਕੈਨੇਡਾ ਵਾਂਗੂ ਇੱਥੇ ਫੈਡਰਲ ਸਿਸਟਮ ਹੋਵੇ, ਉਹਦੇ ਲਈ ਸਾਡੀ ਜੱਦੋਜਹਿਦ ਰਹੇਗੀ। ਜੱਦੋਜਹਿਦ ਹੀ ਨਹੀਂ, ਜਦੋਂ ਇੰਡੀਆ ਦੀ ਸਰਕਾਰ ਬਣੇਗੀ, ਸ਼੍ਰੀ ਮੋਦੀ ਸਾਹਿਬ ਖੁਦ ਮੁੱਖ ਮੰਤਰੀ ਰਹੇ ਨੇ, ਹੁਣ ਵੀ ਹੈਗੇ, ਅਤੇ ਉਹਨਾਂ ਨੂੰ ਪਤਾ ਕਿ ਫੈਡਰਲ ਸਿਸਟਮ ਕਿਉਂ ਜ਼ਰੂਰੀ ਹੈ। ਇਸ ਕਰਕੇ ਉਹਨਾਂ ਦਾ ਵੀ ਜ਼ਰੂਰ ਇਸ ਪਾਸੇ ਤੁਰੇਗਾ। ਸਾਡੀ ਪਾਰਟੀ ਵੱਲੋਂ ਹੈ ਕਿ ਅਸੀਂ ਇਹਦੇ ਵਾਸਤੇ ਆਪਣੀ ਉੱਥੋਂ ਜੱਦੋਜਹਿਦ ਕਰਾਂਗੇ। ਪੰਜਾਬ ਦੀ ਕਿਹੜੀ ਸਮੱਸਿਆ ਤੁਸੀਂ ਸਮਝਦੇ ਹੋ ਜਿਹੜੀ ਤੁਸੀਂ ਕੇਂਦਰ ਸਰਕਾਰ ਵਿੱਚ ਆ ਕੇ ਹੱਲ ਕਰਵਾਓਗੇ? ਦੇਖੋ, ਸਭ ਤੋਂ ਵੱਡੀ ਸਮੱਸਿਆ ਤਾਂ ਫਾਈਨੈਂਸ਼ੀਅਲ ਹੈ, ਸਾਡਾ ਹੱਕ ਨਹੀਂ ਦਿੱਤਾ ਜਾ ਰਿਹਾ। ਦੂਸਰਾ ਇਹ ਫੈਡਰਲ ਸਿਸਟਮ ਹੈ, ਪੰਜਾਬ ਦੀ ਸਮੱਸਿਆ ਤਾਂ ਇਹੀ ਨਾ, ਸੂਬਿਆਂ ਦੀ ਸਾਰਿਆਂ ਦੀ ਸਮੱਸਿਆ ਫੈਡਰਲ ਸਿਸਟਮ ਹੈ। ਔਰ ਇਹ ਹੈ ਵੀ ਸਾਡੇ ਨਾਲ ਜੋ ਧੱਕੇ ਹੋਏ ਨੇ ਉਹਨਾਂ ਨੂੰ ਮੈਂ ਜਿਵੇਂ ਪਹਿਲਾਂ ਦੱਸਿਆ ਉਹ ਕਰਾਵਾਂਗੇ, ਸਾਰੀਆਂ ਪੰਜਾਬ ਦੀਆਂ ਹੀ ਨੇ। ਔਰ ਪੰਜਾਬ ਸ਼੍ਰੋਮਣੀ ਅਕਾਲੀ ਦਲ ਹੀ ਇਹਨਾਂ ਦੇ ਲਈ ਲੜ ਰਿਹਾ ਔਰ ਲੜਦਾ ਰਹੇਗਾ ਜਿੰਨੀ ਦੇਰ ਇਹ ਪੂਰੀਆਂ ਨਹੀਂ ਹੁੰਦੀਆਂ। ਪਾਰਟੀਆਂ ਵੱਖ ਵੱਖ ਕੈਂਡੀਡੇਟ ਨਸ਼ੇ ਵੰਡਣ ਲੱਗ ਜਾਂਦੇ ਆ, ਕੀ ਤੁਸੀਂ ਲੋਕਾਂ ਨਾਲ ਵਾਅਦਾ ਕਰਦੇ ਹੋ ਕਿ ਤੁਸੀਂ ਨਸ਼ਾ ਰਹਿਤ ਇਹ ਇਲੈਕਸ਼ਨ ਲੜੋਗੇ? ਦੇਖੋ, ਮੈਂ ਆਪਣੇ ਵੱਲੋਂ ਕੋਈ ਨਸ਼ਾ ਨਹੀਂ ਵੰਡੂੰਗਾ। ਨਸ਼ੇ ਹੁਣ ਕਿਵੇਂ ਕਰਨ, ਜਦੋਂ ਅਸੀਂ ਸ਼ਾਮ ਨੂੰ ਜਾਂਦੇ ਹਾਂ, ਕਈ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਨਸ਼ਿਆਂ ਨੂੰ ਘਟਾਉਣ ਲਈ। ਤੁਹਾਨੂੰ ਪਤਾ ਹੈ ਕਿ ਜਿੰਨੀ ਸਖਤਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਨੇ ਹੁਣ ਕੀਤੀ ਹੈ, ਅੱਜ ਤੱਕ ਕਦੇ ਇੰਨੀ ਸਖਤਾਈ ਨਸ਼ਿਆਂ ਦੇ ਖਿਲਾਫ ਨਹੀਂ ਹੋਈ। ਕਿੰਨੇ ਬੜੇ ਬੜੇ ਤਸਕਰ ਫੜੇ ਨੇ ਔਰ ਬਹੁਤ 600-700 ਬੰਦਾ ਸਿਰਫ ਨਸ਼ਿਆਂ ਦੇ ਵੇਚਣ ਵਾਲੇ ਅੰਦਰ ਫੜ ਕੇ ਕੀਤੇ ਨੇ। ਔਰ ਖੇਡਾਂ ਨੂੰ ਉਤਸ਼ਾਹਿਤ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ, ਔਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਉਹ ਨਸ਼ਾ ਤੋਂ ਦੂਰ ਹੈ। ਪਰ ਫਿਰ ਵੀ ਲੋਕ, ਤੁਹਾਨੂੰ ਪਤਾ, ਪੰਜਾਬ 'ਚ ਕੀ, ਵੈਸੇ ਤਾਂ ਸਾਰੇ ਦੇਸ਼ 'ਚ ਹੀ ਆ, ਲੇਕਿਨ ਪੰਜਾਬ 'ਚ ਨਸ਼ੇ ਹੋਇਆ ਜਦੋਂ ਹੁਣ ਅਸੀਂ ਰੋਜ਼ ਜਾਂਦੇ ਹਾਂ। ਜੇ ਹੁਣ ਇਹ ਕਹੇ ਕੋਈ ਕਿ ਕੋਈ ਸਾਡੀ ਪਾਰਟੀ ਸ਼ਰਾਬ ਪਿਲਾਉਂਦੀ ਹੈ, ਸਾਨੂੰ ਮਿਲਣਗੇ। ਰੋਜ਼ ਜਦੋਂ ਸ਼ਾਮ ਨੂੰ ਕਿਤੇ ਵੀ ਪਿੰਡ 'ਚ ਜਾਂਦੇ ਹਾਂ, ਉੱਥੇ ਬਹੁਤ ਸ਼ਰਾਬੀ ਮਿਲਦੇ ਨੇ, ਕੋਸ਼ਿਸ਼ ਕਰਦੇ ਹਾਂ। ਪਰ ਜੇ ਹੁਣ ਕਹੇ ਵੀ ਉਹ ਅਸੀਂ ਰੋਕਾਂਗੇ, ਉਹਦਾ ਇੰਡੀਵਿਜੁਅਲ, ਉਹ ਬਹੁਤ ਮੁਸ਼ਕਿਲ ਰੋਕਣਾ ਹੈ। ਲੇਕਿਨ ਆਪਣੇ ਵੱਲੋਂ ਅਸੀਂ ਨਸ਼ਾ ਦੇਣ ਦਾ ਨਹੀਂ ਕਰਾਂਗੇ। ਦੇਸ਼ ਦੀਆਂ ਪੰਜ ਮੁੱਖ ਸਮੱਸਿਆਵਾਂ ਕਿਹੜੀਆਂ ਜੇ ਤੁਸੀਂ ਆ ਕੇ ਸਰਕਾਰ ਬਣ ਤੇ ਉਹ ਹੱਲ ਕਰਾਓਗੇ? ਦੇਖੋ, ਇਸ ਸਰਕਾਰ ਨੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਖਤਮ ਕਰ ਦਿੱਤੀਆਂ ਪਰੰਪਰਾਵਾਂ, ਸਾਰਾ ਕੁਛ ਹੀ ਖਤਮ ਹੋ ਗਿਆ। ਚਾਹੇ ਫੋਰਨ ਪਾਲਿਸੀ ਲਾ ਲਓ, ਚਾਹੇ ਡਿਫੈਂਸ ਪਾਲਿਸੀ ਲਾ ਲਓ, ਚਾਹੇ ਇਕੋਨਮੀ ਲਾ ਲਓ, ਇਹ ਸਾਰੀਆਂ ਸਮੱਸਿਆ ਦੇਸ਼ ਨੂੰ ਖੜੀਆਂ ਕਰ ਦਿੱਤੀਆਂ ਉਹਨਾਂ ਨੇ ਕਰਪਸ਼ਨ ਕਰਕੇ। ਇਸ ਕਰਕੇ ਸਾਡਾ ਕੋਈ ਵੀ ਦੇਸ਼, ਜਾਂ ਸਾਡਾ ਗੁਆਂਢੀ ਦੇਸ਼ ਹੈ, ਸਾਡਾ ਕੋਈ ਦੋਸਤ ਨਹੀਂ ਹੈ। ਸਾਡੀ ਇੱਛਾ ਹੋਏਗੀ ਕਿ ਅਸੀਂ ਆਪਣੇ ਮੈਨੀਫੈਸਟੋ ਵਿੱਚ ਪਾ ਰਹੇ ਹਾਂ ਕਿ ਗੁਆਂਢੀ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਬਣਾਉਣੇ, ਔਰ ਖਾਸ ਕਰਕੇ ਪਾਕਿਸਤਾਨ ਨਾਲ ਹੋਰ ਹੱਥ ਵਧਾ ਕੇ ਦੋਸਤੀ ਦਾ ਹੱਥ ਵਧਾਉਣਾ, ਉਹ ਸਾਡੀ ਜ਼ੋਰ ਹੋਏਗਾ ਕਿ ਇਸ ਤਰ੍ਹਾਂ ਦੀ ਪੋਲਿਸੀ ਉੱਥੇ ਨੈਸ਼ਨਲ ਲੈਵਲ 'ਤੇ ਬਣੇ। ਇਸ ਤੋਂ ਇਲਾਵਾ ਜਿਹੜਾ ਸਾਡਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ, ਇਕੋਨਮੀ ਬਹੁਤ ਡਾਊਨ ਚਲੀ ਗਈ, ਰੁਪਏ ਦੀ ਕੀਮਤ ਹੇਠਾਂ ਚਲੀ ਗਈ, ਰੁਪਏ ਦੀ ਕੀਮਤ ਹੇਠਾਂ ਜਾਣ ਨਾਲ, ਕਿਉਂਕਿ ਡਾਲਰ 'ਚ ਸਾਰਾ ਵਪਾਰ ਹੁੰਦਾ, ਹਰ ਚੀਜ਼ ਮਹਿੰਗੀ ਹੋ ਗਈ, ਮਹਿੰਗਾਈ 'ਤੇ ਠੱਲ ਪਾਵਾਂਗੇ, ਡਾਲਰ ਇਕੋਨਮੀ ਠੀਕ ਕਰਾਂਗੇ। ਔਰ ਇਸ ਤੋਂ ਇਲਾਵਾ ਜਿਹੜੇ ਡਿਫੈਂਸ ਦੇ ਸੌਦੇ ਹੋਏ ਨੇ, ਸਾਡੇ ਫੌਜੀਆਂ ਲਈ ਚੰਗਾ ਜਿਹੜਾ ਬਰੂਦ ਸਿੱਕਾ ਜਾਂ ਜੋ ਉਹਨਾਂ ਨੂੰ ਇਸਤੇਮਾਲ ਹੁੰਦਾ, ਉਹਦੇ 'ਚ ਜਿਹੜੀਆਂ ਵੀ ਨਹੀਂ, ਉਹਨਾਂ ਨੂੰ ਚੰਗੀ ਤੋਂ ਚੰਗੀ ਹਰ ਚੀਜ਼ ਫੌਜੀਆਂ ਨੂੰ ਮੁਹੱਈਆ ਕਰਾਉਣ ਦਾ ਯਤਨ ਕਰਾਂਗੇ। ਔਰ ਇੰਟਰਨਲ ਪੋਲਿਸੀ ਜਿਹੜੀ ਹੈ, ਜਿਵੇਂ ਬੜੀਆਂ ਸਮੱਸਿਆਵਾਂ ਨੇ ਦੇਸ਼ ਵਿੱਚ, ਨੈਕਸਲਾਈਟ ਮੂਵਮੈਂਟ ਹੈ, ਹੋਰ ਬੜੀਆਂ ਮੂਵਮੈਂਟ ਨੇ, ਉਹਨਾਂ 'ਤੇ ਕੰਟਰੋਲ ਲਈ ਸੈਂਟਰ ਪੂਰਾ ਯਤਨ ਕਰੇਗੀ ਸੂਬਿਆਂ ਨਾਲ ਮਿਲ ਕੇ ਕਿ ਉਹਨਾਂ 'ਤੇ ਕੰਟਰੋਲ ਕੀਤਾ ਜਾਏ।
ਇਸ ਕਰਕੇ ਬਹੁਤ ਜ਼ਿਆਦਾ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ। ਐਨਡੀਏ ਦੀ ਸਰਕਾਰ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰੇਗੀ। ਸਰ ਪਿਛਲੇ ਕੁਛ ਸਮੇਂ ਤੋਂ ਲਗਾਤਾਰ ਕੇਂਦਰ ਵਿੱਚ ਜਿੰਨੀਆਂ ਸਰਕਾਰਾਂ ਬਣ ਰਹੀਆਂ, ਸਰ ਗੱਠਜੋੜ ਦੀਆਂ ਸਰਕਾਰਾਂ ਬਣ ਰਹੀਆਂ, ਕਿ ਸਥਾਪਿਤ ਸਰਕਾਰ ਸਥਿਰ ਸਰਕਾਰ ਹੋਂਦ ਵਿੱਚ ਆ ਸਕੇਗੀ? ਦੇਖੋ, ਇਹ ਹੁਣ ਕੋਈ ਇੱਕ ਪਾਰਟੀ ਦੀ ਸਰਕਾਰ ਤਾਂ ਕਦੇ ਬਣੇਗੀ ਨਹੀਂ, ਇਕੱਲੇ ਆਪਣੇ ਦੇਸ਼ ਨਹੀਂ, ਉਹ ਤਾਂ ਸਾਰੀ ਦੁਨੀਆ 'ਚ ਹੀ ਚੱਲ ਪਿਆ। ਇੰਗਲੈਂਡ ਵਰਗਾ ਦੇਸ਼ ਜਿੱਥੇ ਕਦੇ ਅੱਜ ਤੱਕ ਕੋਲੀਸ਼ਨ ਸਰਕਾਰ ਨਹੀਂ ਬਣੀ ਸੀ, ਉੱਥੇ ਬਣੀ ਹੈ। ਲੇਕਿਨ ਇਸ ਦੇਸ਼ ਵਿੱਚ ਕਦੇ ਵੀ ਹੁਣ ਅਜੇ ਨੀਅਰ ਫਿਊਚਰ ਵਿੱਚ ਕੋਈ ਇੱਕ ਪਾਰਟੀ ਦੀ ਸਰਕਾਰ ਬਣਨੀ ਪੋਸੀਬਲ ਨਜ਼ਰ ਨਹੀਂ ਆਉਂਦੀ। ਲੇਕਿਨ ਗੱਠਜੋੜ ਦੀ ਨੀਤੀ ਹੈ ਕਿ ਆਮ ਖਿਆਲ ਪਾਰਟੀਆਂ ਔਰ ਇੱਕ ਕਿਸਮ ਦਾ ਸਿਧਾਂਤ ਲੈ ਕੇ ਤੁਰਨਗੀਆਂ ਤਾਂ ਸਰਕਾਰ ਚੱਲਦੀ ਹੈ। ਐਨ ਡੀ ਏ ਦੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 24 ਪਾਰਟੀਆਂ ਨਾਲ ਚੱਲੀ ਹੈ। ਉਹਨੇ ਸਾਬਤ ਕੀਤਾ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਚੱਲ ਸਕਦੀਆਂ। ਔਰ ਦੂਸਰੀ ਹੈ ਕਿ ਹੁਣ ਰੀਜਨਲ ਪਾਰਟੀਆਂ ਜਿਹੜੀਆਂ ਉਹ ਕਾਫੀ ਹੱਦ ਤੱਕ ਅੱਗੇ ਆ ਰਹੀਆਂ ਨੇ, ਉਹਦਾ ਬੜਾ ਵੱਡਾ ਪ੍ਰਭਾਵ ਪਏਗਾ। ਆਉਣ ਦੀ ਰਣਨੀਤੀ ਕੀ ਬਣਦੀ ਹੈ ਉਹਦਾ ਦੇਖਣ ਨੇ। ਲੇਕਿਨ ਬਣਨਗੀਆਂ ਸਾਰੀਆਂ ਕੋਲੀਸ਼ਨ ਸਰਕਾਰਾਂ, ਇੱਕ ਸਰਕਾਰ ਦੀ ਬਣਦੀ ਮੈਨੂੰ ਨਜ਼ਰ ਨਹੀਂ ਆ ਰਹੀ। ਠੀਕ ਸਰ, ਬਹੁਤ ਬਹੁਤ ਧੰਨਵਾਦ ਤੁਸੀਂ ਅਜੀਤ ਵੈਬ ਟੀਵੀ ਲਈ ਸਮਾਂ ਦਿੱਤਾ।